ਕਮਲਦੀਪ ਵੀ ਖਰੜ ਤੋਂ ਲਾਈਵ ਜੁੜ ਚੁੱਕੇ ਨੇ, ਕਮਲ ਦਾ ਰੋਕਾ ਲੈਣਾ ਤਾਂ ਕਮਲ, ਖਰੜ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਕਿਸਾਨ ਪ੍ਰੋਟੈਸਟ ਕਰ ਰਹੇ ਨੇ, ਕਿਸ ਤਰ੍ਹਾਂ ਦੇ ਨਾਲ ਰੇਲਾਂ ਨੇ ਜਿਹੜੀਆਂ ਰੋਕੀਆਂ ਗਈਆਂ ਨੇ, ਕੀ ਕੁਝ ਅਪਡੇਟਸ ਨੇ? ਬਿਲਕੁਲ ਜਸਮੀਤ, ਦੇਖੋ ਖਾਸ ਤੌਰ 'ਤੇ 13 ਤਰੀਕ ਤੋਂ ਲਗਾਤਾਰ ਕਿਸਾਨਾਂ ਦਾ ਅੰਦੋਲਨ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਚੱਲ ਰਿਹਾ ਅਤੇ ਉਸ ਰਣਨੀਤੀ ਦੇ ਤਹਿਤ ਅੱਜ ਕਾਲ ਦਿੱਤੀ ਗਈ, ਦੋਹਾਂ ਫੋਰਮਾਂ ਵੱਲੋਂ ਕਾਲ ਦਿੱਤੀ ਗਈ ਕਿ ਪੰਜਾਬ ਦੇ 60 ਥਾਵਾਂ 'ਤੇ ਤਕਰੀਬਨ ਰੇਲਾਂ ਰੋਕੀਆਂ ਜਾਣਗੀਆਂ। ਖਰੜ ਦੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਵਾਂਗੇ ਜਿੱਥੇ ਕਹਿ ਸਕਦੇ ਕਿਸਾਨਾਂ ਵੱਲੋਂ ਰੇਲਾਂ ਜਿਹੜੀਆਂ ਕਿ ਰੋਕੀਆਂ ਗਈਆਂ ਨੇ ਖਰੜ ਦੇ ਵਿੱਚ, ਜਾਂ ਕਹਿ ਖਾਸ ਤੌਰ 'ਤੇ ਕਹਿ ਸਕਦੇ ਮੋਹਾਲੀ ਦੇ ਵਿੱਚ 3 ਥਾਵਾਂ 'ਤੇ ਜਿਹੜੀਆਂ ਕੁਰਾਲੀ, ਖਰੜ ਅਤੇ ਲਾਲੜੂ ਵਿਖੇ ਟ੍ਰੇਨਾਂ ਰੋਕੀਆਂ ਗਈਆਂ ਨੇ। ਇਹ ਜੋ ਟ੍ਰੇਨ ਪਲਟੀ ਹੈ ਜੋ ਸਿੱਧੇ ਤੌਰ 'ਤੇ ਕਹਿ ਸਕਦੇ ਹਾਂ ਅਨੰਦਪੁਰ ਦੇ ਨਾਲ ਕਨੈਕਟ ਹੁੰਦੀ ਹੈ, ਨੰਗਲ ਦੇ ਨਾਲ ਕਨੈਕਟ ਹੁੰਦੀ ਹੈ ਅਤੇ ਦੂਸਰੀ ਤਰਫ ਅੰਬਾਲਾ ਨੂੰ ਜਿਹੜੀ ਕਿ ਇਹ ਰੇਲ ਪਲਟੀ ਜਾਂਦੀ ਹੈ ਅਤੇ ਕਿਸਾਨ ਇੱਕ ਤਰਫਾ ਸਾਈਡ 'ਤੇ ਬੈਠ ਕੇ ਸ਼ਾਂਤਪੂਰਕ ਜਿਹੜਾ ਪ੍ਰਦਰਸ਼ਨ ਕਰ ਰਹੇ ਨੇ। ਹਾਲਾਂਕਿ ਰੇਲ ਪਲਟੀਆਂ ਦੇ ਉੱਪਰ ਕਿਸਾਨਾਂ ਨੇ ਆਪਣੇ ਝੰਡੇ ਆ ਜਿਹੜੇ ਕਿ ਜਥੇਬੰਦੀਆਂ ਦੇ ਝੰਡੇ ਲਗਾ ਦਿੱਤੇ ਨੇ ਅਤੇ ਸਾਈਡ 'ਤੇ ਰੇਲਵੇ ਸਟੇਸ਼ਨ 'ਤੇ ਬੈਠ ਕੇ ਇੱਕ ਪ੍ਰਦਰਸ਼ਨ, ਜਿਹੜਾ ਸੰਕੇਤਕ ਪ੍ਰਦਰਸ਼ਨ ਕਹਿ ਸਕਦੇ, ਕੀਤਾ ਜਾ ਰਿਹਾ। ਇਹ ਗੱਲਬਾਤ ਕਰਾਂਗੇ ਬਾਪੂ ਜੀ, ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਰੇਲ ਰੋਕ ਅੰਦੋਲਨ ਅੱਜ 4 ਘੰਟੇ? ਅੱਜ ਦਾ ਜਿਹੜਾ ਪ੍ਰਦਰਸ਼ਨ ਹੈ ਇਹ ਸਾਰੀ ਭਾਰਤ ਵਿੱਚ ਹੈ। ਇਹਦਾ ਟਾਈਮ ਹੈ ਜੀ ਸਵੇਰੇ 12 ਵਜੇ ਤੋਂ ਲੈ ਕੇ 4 ਵਜੇ ਤੱਕ, 4 ਘੰਟੇ ਜਿਹੜੀ ਕਿਸਾਨ ਜਥੇਬੰਦੀਆਂ ਦੀ ਕਾਲਤੀ ਉਹਦੇ ਪਰ ਰੱਖਿਆ ਹੋਇਆ। ਹੁਣ ਕੋਈ ਟ੍ਰੇਨ ਟਰੂਨ ਆਊਗੀ ਜਾਂ 4 ਘੰਟੇ ਬੰਦ? ਟ੍ਰੇਨ ਦਾ ਸਾਨੂੰ ਕੋਈ ਟਾਈਮ ਦਾ ਪੱਕਾ ਪਤਾ ਨਹੀਂ ਜੀ, ਬਾਕੀ ਪਹਿਲਾਂ 11 ਵਜੇ ਟ੍ਰੇਨ ਲੰਘੀ, ਉਹ 12 ਵਜੇ ਤੱਕ ਸਾਡਾ 4 ਘੰਟੇ ਦਾ ਜਿਹੜਾ ਇਹ ਧਰਨਾ ਜੀ 12 ਤੋਂ 4 ਵਜੇ ਤੱਕ। 13 ਤਰੀਕ ਤੋਂ ਲਗਾਤਾਰ ਅੰਦੋਲਨ ਚੱਲ ਰਿਹਾ, ਹਾਲਾਂਕਿ ਕਿਸਾਨ ਸਰਕਾਰ ਕੁਝ ਮੰਗਾਂ 'ਤੇ ਅੱਗੇ ਵੀ ਆਈ ਹੈ, ਜਿਵੇਂ 5 ਫਸਲਾਂ 'ਤੇ MSP ਦੇਣ ਦੀ ਗੱਲ ਹੋਈ ਹੈ, ਲੱਗਦਾ ਅੱਗੇ ਵੀ ਸਰਕਾਰ ਝੁਕਦੀ ਨਜ਼ਰ ਆਏਗੀ। ਦੇਖੋ ਜਦੋਂ 4 ਮੀਟਿੰਗਾਂ ਹੋਈਆਂ, 4 ਮੀਟਿੰਗਾਂ 'ਚ ਜਿਹੜਾ ਵੀ ਸਰਕਾਰ ਨੇ ਜੋ ਗੱਲਾਂ ਸ਼ਰਤਾਂ ਰੱਖੀਆਂ ਉਹ ਕਿਸਾਨਾਂ ਨੇ ਨਾਮਜ਼ੂਰ ਕਰਤੀਆਂ। ਉਹ 5 ਸਾਲ ਵਾਸਤੇ MSP ਕਹਿੰਦੇ ਤੇ, ਉਹਦੇ ਪਰ ਕਿਸਾਨ ਸਹਿਮਤ ਨਹੀਂ ਹੋਏ। ਉਹ ਕਿਸਾਨੀ ਦੀਆਂ ਮੰਗਾਂ ਜਿਹੜੀਆਂ ਰੱਖੀਆਂ ਵੀ ਸਾਰੀਆਂ ਮੰਗਾਂ ਮੰਨਿਆ, ਤਾਂ ਹੀ ਇਹ ਧਰਨਾ ਤਾਂ ਹੀ ਰੱਖਿਆ ਜਿਹੜਾ ਅੱਜ ਦਾ। ਜੇ ਕਿਸਾਨ ਸੈਂਟਰ ਦੀਆਂ ਸਰਕਾਰ ਸਾਡਾ ਮੰਗਾਂ ਨਹੀਂ ਮੰਨਦੀ। ਠੀਕ ਹੈ ਭਾਜੀ, ਤੁਹਾਡਾ ਕੀ ਨਾਮ ਹੈ? ਮੇਹਰ ਸਿੰਘ ਥੇੜੀ। ਕਿਸ ਤਰੀਕੇ ਦੇ ਨਾਲ ਵੇਖਦੇ ਹੋ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ, ਇੱਕ ਤਰੀਕੇ ਦੇ ਨਾਲ ਟ੍ਰੇਨਾਂ ਰੋਕੀਆਂ ਗਈਆਂ 4 ਘੰਟੇ ਵਾਸਤੇ, ਹਾਲਾਂਕਿ ਤੁਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸਾਈਡ 'ਤੇ ਬੈਠੇ ਹੋ, ਪਰ ਖੱਜਲ ਖੁਆਰੀ ਤਾਂ ਕਿਤੇ ਨਾ ਕਿਤੇ ਲੋਕਾਂ ਦੀ ਹੋਣੀ? ਦੇਖੋ ਸਾਈਡ 'ਤੇ ਨਹੀਂ ਬੈਠੇ, ਜਦੋਂ ਲੋੜ ਆ ਅਸੀਂ ਰੇਲਵੇ ਲਾਈਨ 'ਤੇ ਬੈਠਾਂਗੇ। ਅਜੇ ਸਾਡਾ ਵਰਕਰ ਆ ਰਿਹਾ, ਜਦੋਂ ਵਰਕਰ ਆਇਆ ਰੇਲਵੇ ਲਾਈਨ 'ਤੇ ਬੈਠ ਕੇ ਅਗਰ ਰੇਲ ਆਉਂਦੀ ਆ ਤਾਂ ਉਹਨੂੰ ਰੋਕਾਂਗੇ ਅਸੀਂ। ਅਸੀਂ ਦਿਖਾਵੇ ਵਾਸਤੇ ਨਹੀਂ ਬੈਠੇ, ਕਿਉਂਕਿ ਕੇਂਦਰ ਸਰਕਾਰ ਨੇ ਕਿਸਾਨੀ ਦੇ ਨਾਲ ਬਹੁਤ ਵਧੀਕੀ ਕੀਤੀ ਹੈ। ਅੱਜ ਤੋਂ 2 ਸਾਲ ਪਹਿਲਾਂ ਆਪਾਂ ਦਿੱਲੀ ਦੇ ਵਿੱਚ ਜਿਹੜਾ ਅੰਦੋਲਨ ਕੀਤਾ ਸੀ ਉਹ ਕਾਲੇ ਕਾਨੂੰਨਾਂ ਵਾਸਤੇ, ਮੋਦੀ ਸਾਹਿਬ ਨੇ ਉਹ ਕਾਲੇ ਕਾਨੂੰਨ ਤਾਂ ਵਾਪਸ ਲਏ 13 ਮਹੀਨੇ ਉੱਥੇ ਧਰਨੇ ਤੋਂ ਬਾਅਦ, ਅਤੇ ਵਾਅਦਾ ਕਰ ਲਿਆ ਕਿ ਤੁਹਾਡੀਆਂ ਸਾਰੀਆਂ ਹੀ ਮੰਗਾਂ ਮੰਨ ਲਈਆਂ ਜਾਣਗੀਆਂ। ਪਰ ਬੜੀ ਹੈਰਾਨਗਿਰੀ ਦੀ ਗੱਲ ਹੈ ਵੀ ਉਸ ਦੇਸ਼ ਦਾ, ਇੰਡੀਆ ਦਾ ਮੁੱਖ ਪ੍ਰਧਾਨ ਮੰਤਰੀ ਜਿਹਦਾ ਦੁਨੀਆ ਦੇ ਵਿੱਚ ਕੋਈ ਨਾਂ ਹੋਵੇ ਅਤੇ ਉਹ ਆਪਣੇ ਵਾਅਦੇ ਤੋਂ ਮੁੱਕਰ ਜਾਵੇ, ਇਹ ਬੜੀ ਹੈਰਾਨਗਿਰੀ ਦੀ ਗੱਲ ਹੈ। ਜੇ ਆਮ ਪਿੰਡਾਂ ਵਿੱਚ ਕੋਈ ਪੰਚਾਇਤ ਦੇ ਵਿੱਚ ਵਾਅਦਾ ਕਰਕੇ ਵੀ ਮੁੱਕਰ ਜਾਵੇ ਤਾਂ ਸਮਾਜਿਕ ਬਾਈਕਾਟ ਉਹਦਾ ਕੀਤਾ ਜਾਂਦਾ ਹੈ। ਇਹ ਬੰਦੇ ਨੂੰ ਇਹ ਨਹੀਂ ਸੋਚ ਲੱਗਦੀ ਕਿ ਮੇਰਾ ਦੁਨੀਆ ਵਿੱਚ ਵੀ ਬਾਈਕਾਟ ਹੋਊਗਾ ਜੇ ਮੈਂ ਵਾਅਦੇ ਤੋਂ ਮੁੱਕਰਦਾ। ਅਸੀਂ ਕੋਈ ਨਵਾਂ ਮੋਰਚਾ ਨਹੀਂ ਚਲਾਇਆ, ਇਹ ਮੋਰਚਾ 2021 ਤੋਂ ਜਦੋਂ ਚੱਲਦਾ ਸੀ ਉਹੀ ਚੱਲਦਾ। ਆਪਾਂ 2 ਵਾਰੀ 3 ਵਾਰੀ ਦਿੱਲੀ ਵੀ ਗਏ, ਇਹਦਾ ਨਾਲ ਮੀਟਿੰਗਾਂ ਵੀ ਕੀਤੀਆਂ, ਆਪਣੇ ਮੰਗ ਪੱਤਰ ਵੀ ਦਿੱਤੇ ਵੀ ਜੋ ਮੰਗਾਂ ਦਾ ਤੁਸੀਂ ਵਾਅਦਾ ਕੀਤਾ ਪੂਰੀਆਂ ਕਰ ਦਿਉ। ਜਦੋਂ ਉਹ ਮੰਗਾਂ ਪੂਰੀਆਂ ਨਹੀਂ ਹੋਈਆਂ, ਸਰਕਾਰ ਦਾ ਐਂਡ ਆਉਂਦਾ ਦਿਖਿਆ, ਤਾਂ ਆਪਾਂ ਨੂੰ ਮਜਬੂਰ ਹੋ ਕੇ ਉਹੀ ਮੋਰਚਾ ਜਿਹੜਾ ਦੁਬਾਰਾ ਸੁਰਜੀਤ ਕਰਕੇ ਆਪਾਂ ਆਪਣੀਆਂ ਮੰਗਾਂ ਲਾਗੂ ਕਰਾਉਣ ਵਾਸਤੇ ਬੈਠੇ। 13 ਤਰੀਕ ਤੋਂ ਲਗਾਤਾਰ ਪ੍ਰਦਰਸ਼ਨ ਚੱਲ ਰਿਹਾ, ਅੰਦੋਲਨ ਚੱਲ ਰਿਹਾ, ਸਰਕਾਰ 5 ਫਸਲਾਂ 'ਤੇ MSP 'ਤੇ ਜਿਹੜੀ ਕਿ ਅੱਗੇ ਆਈ ਹੈ 5 ਸਾਲ ਵਾਸਤੇ, ਲੱਗਦਾ
ਹੋਰ ਦਿਨ ਮੋਰਚਾ ਚੱਲਿਆ ਤਾਂ ਸਰਕਾਰ ਹੋਰ ਅੱਗੇ ਝੁਕੇਗੀ? ਦੇਖੋ, ਸਰਕਾਰ ਨੂੰ ਝੁਕਣਾ ਪਊਗਾ। ਇਹ ਕਿਸਾਨ ਨੂੰ ਤਾਂ ਇਸ ਤਰ੍ਹਾਂ ਸਮਝਦੇ ਹੈ ਵੀ ਸਿਰਫ ਇਹਦਾ ਆਪਣਾ ਢਿੱਡ ਭਰਦਾ ਰਹੇ ਅਤੇ ਇਹਦੇ ਕੋਲ ਵਾਧੂ ਕੁਝ ਨਾ ਹੋਵੇ। ਇੰਡੀਆ ਦੇ 1.5 ਅਰਬ ਲੋਕਾਂ ਦਾ ਢਿੱਡ ਭਰਨ ਵਾਸਤੇ ਅਨਾਜ ਪੈਦਾ ਕਰੀ ਜਾਵੇ। ਸਰਕਾਰ ਸਿਰਫ ਇੰਨਾ ਹੀ ਸਮਝਦੀ ਹੈ। ਜਦੋਂ ਸਰਕਾਰ ਨੇ 23 ਫਸਲਾਂ ਦਾ MSP ਕਹਿੰਦੇ ਆ, ਉਹਦਾ ਬੰਨ ਦਿੱਤਾ, ਕਰ ਦਿੱਤਾ ਵੀ 23 ਫਸਲਾਂ ਦਾ ਇੰਨਾ ਰੇਟ ਹੋਊਗਾ। ਜਦੋਂ ਅਸੀਂ ਮਾਰਕੀਟ 'ਚ ਵੇਚਣ ਜਾਂਦੇ ਹਾਂ, ਸਾਨੂੰ ਰੇਟ ਅੱਧਾ ਵੀ ਮਿਲਦਾ ਨਹੀਂ ਹੈਗਾ। ਅਸੀਂ 5 ਫਸਲਾਂ ਦਾ ਕਿਉਂ ਨਹੀਂ ਲਈਏ? ਅਸੀਂ ਮੰਗਦੇ ਹਾਂ ਜੋ ਵੀ ਕਿਸਾਨ ਪੈਦਾ ਕਰਦਾ ਉਹਦਾ ਸਾਨੂੰ MSP ਦਾ ਰੇਟ ਮਿਲਣਾ ਚਾਹੀਦਾ। ਇਹ ਘੱਟੋ ਘੱਟ ਸਮਰਥਨ ਮੁੱਲ ਹੈ, ਇਹ ਕੋਈ ਵੱਧ ਨਹੀਂ ਹੈਗਾ। ਵੀ ਘੱਟੋ ਘੱਟ ਸਮਰਥਨ ਮੁੱਲ ਸਾਨੂੰ ਮਿਲ ਜਾਵੇ ਅਤੇ ਜੇ ਉਹ ਤੋਂ ਵੱਧ ਬਾਹਰ ਵਿਕਦੀ ਹੈ ਤਾਂ ਅਸੀਂ ਵੇਚ ਦਈਏ। ਅਤੇ ਇਹ ਕਿਉਂ ਕਿਹਾ ਜਾਂਦਾ ਕਿ 5 ਫਸਲਾਂ, ਦੁੱਧ ਤਾਂ ਸਾਨੂੰ ਮਿਲ ਰਿਹਾ ਪਹਿਲਾਂ, ਇਹ 3 ਫਸਲਾਂ ਦੇ ਵਿੱਚ ਵੀ ਸ਼ਰਤਾਂ ਲਾਉਂਦੇ ਹੈ, ਉਹ ਸ਼ਰਤ ਤੁਸੀਂ ਪੜ੍ਹ ਲਈ ਹੋਣੀ ਹੈ। ਬਿਨਾਂ ਸ਼ਰਤ MSP ਦੇ ਕਾਨੂੰਨੀ ਗਰੰਟੀ ਦਿੱਤੀ ਜਾਂਦੀ, ਜਿਸ ਤਰ੍ਹਾਂ ਕਣਕ ਝੋਨਾ ਖਰੀਦਿਆ ਜਾਂਦਾ ਉਸੇ ਤਰ੍ਹਾਂ ਸਰਕਾਰ ਗਰੰਟੀ ਦੇਵੇ ਵੀ ਹਰ ਫਸਲ 23 ਫਸਲਾਂ ਸਰਕਾਰ ਖਰੀਦੂਗੀ ਤਾਂ ਝੋਨੇ ਔਰ ਕਣਕ ਦੇ ਚੱਕਰ ਵਿੱਚੋਂ ਕਿਸਾਨ ਆਪਣੇ ਆਪ ਬਾਹਰ ਆਊਗਾ। ਅਤੇ ਜੇ ਇਹਨਾਂ ਨੇ ਕਦੇ 2 ਫਸਲਾਂ ਅਤੇ ਕਦੇ 5 ਫਸਲਾਂ ਅਤੇ ਉਹ ਵੀ 5 ਸਾਲ ਵਾਸਤੇ, 5 ਸਾਲ ਤੋਂ ਬਾਅਦ ਕੀ ਕਿਸਾਨ ਫਿਰ ਇਹਦਾ ਰੇਲਵੇ ਲੈਣ 'ਤੇ ਬੈਠਣ ਗਿਆ ਕਿ ਇਹ ਕਿਉਂ ਨਹੀਂ ਪੱਕਾ ਕਰਦੇ 5 ਸਾਲਾਂ ਦਾ ਕਿਉਂ ਕਰੀਏ? ਸੋ ਅਸੀਂ ਉਨ੍ਹਾਂ ਚਿਰ ਜਿੰਨਾ ਚਿਰ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਹੁੰਦੀਆਂ ਉਨ੍ਹਾਂ ਚਿਰ ਕਿਸੇ ਵੀ ਹਾਲਤ ਵਿੱਚ ਹੋਈਏ ਆਪਣਾ ਧਾਰਾ ਜਿਹੜਾ ਸਾਡਾ ਅੰਦੋਲਨ ਹੈ ਚੱਲਦਾ ਰਹੇਗਾ। ਜਿੰਨਾ ਸਮਾਂ ਮੰਨੀਆਂ ਗਈਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਨ੍ਹਾਂ ਸਮਾਂ ਇਹ ਅੰਦੋਲਨ ਲਗਾਤਾਰ ਚੱਲਦਾ ਰਹੇਗਾ। ਤਸਵੀਰਾਂ ਜਿਹੜੀਆਂ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਲਗਾਤਾਰ ਦਿਖਾ ਰਹੇ ਹਾਂ, ਖਰੜ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਨੇ ਜਿੱਥੇ ਇਹ ਖਾਸ ਤੌਰ 'ਤੇ 2 ਟ੍ਰੇਨਾਂ ਨੇ ਇੱਥੋਂ ਲੰਘਣਾ ਸੀਗਾ, ਪਰ ਹੁਣ 4 ਘੰਟੇ ਵਾਸਤੇ ਕੁਝ ਡਿਲੇਅ ਕਹਿ ਸਕਦੇ ਹੋਣਗੀਆਂ ਟ੍ਰੇਨਾਂ, ਕਿਉਂਕਿ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਖਬਰ ਤੇ ਰਹਿਣਾ, ਅਸੀਂ ਅਪਡੇਟਸ ਲੈਂਦੇ ਰਹਾਂਗੇ। ਫਿਲਹਾਲ ਦੇ ਲਈ ਸ਼ੁਕਰੀਆ।